ਅੱਜ ਦਾ ਜਿਹੜਾ ਦਿਹਾੜਾ ਨਾ 22 ਫਰਵਰੀ, ਇਹ 22 ਫਰਵਰੀ 1960 ਨੂੰ ਜਦੋਂ ਆਪਾਂ ਪਿੱਛੇ ਨਿਗਾਹ ਮਾਰਾਂਗੇ ਨਾ, ਪਿੱਛੇ ਚਲੇ ਜਾਵਾਂਗੇ, ਤਾਂ ਅੱਜ ਦੇ ਦਿਨ 22 ਫਰਵਰੀ 1960 ਨੂੰ ਇਸੇ ਨਗਰ ਵਿੱਚ ਉਹਨਾਂ ਮਹਾਂਪੁਰਖਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਕਈ ਵਿਚਾਰ ਕਰਦੇ ਸਨ ਕਿ ਜੀ ਇਹ 12 ਫਰਵਰੀ ਨੂੰ ਸੰਤਾਂ ਦਾ ਜਨਮ ਸਾਡੇ ਬਰਾਬਰ ਮਨਾਉਣ ਲੱਗ ਪਏ ਆ। ਮੈਂ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦਾ ਮਨ ਰਾਜੀ ਰਹੇ, ਆਪਾਂ ਕਾਹਨੂੰ ਇਸ ਵਾਦ ਵਿਵਾਦ ਦੇ ਵਿੱਚ ਪੈਣਾ। ਜਨਮ ਤਾਂ ਉਹਨਾਂ ਦਾ 2 ਜੂਨ 1947 ਦਾ, ਮਹਾਂਪੁਰਖਾਂ ਦੇ ਭਰਾਤਾ ਬੈਠੇ ਆ, ਕੈਪਟਨ ਸਾਹਿਬ ਬੈਠੇ ਆ, ਸਰਪੰਚ ਹਰਜੀਤ ਸਿੰਘ ਬੈਠੇ ਆ, ਪੁਰਾਣੇ ਬਜ਼ੁਰਗ ਬੈਠੇ ਆ, ਜੋ ਖੋਜ ਵੀ ਕੀਤੀ ਗਈ ਹੈ ਮਹਾਂਪੁਰਖਾਂ ਦੇ। ਮਾਤਾ ਨਿਹਾਲ ਕੌਰ ਜੀ ਵੀ ਦੱਸਦੇ ਸਨ ਕਿ ਗਰਮੀ ਦੀ ਰੁੱਤ ਸੀ, ਹੁਣ ਤਾਂ ਠੰਡ ਹੈ। ਹਾਂ, ਮਹਾਂਪੁਰਖਾਂ ਦੇ ਫਰਜੰਦ ਭਾਈ ਈਸ਼ਰ ਸਿੰਘ ਦਾ ਜਨਮ ਤਾਂ ਹੈ 12 ਫਰਵਰੀ ਦਾ, ਪਰ ਮਹਾਂਪੁਰਖਾਂ ਦਾ ਜਨਮ 2 ਜੂਨ 1947 ਦਾ ਹੀ ਹੈ। ਪਰ ਉਹ ਜੂਨ ਦਾ ਜਿਹੜਾ ਦਿਹਾੜਾ ਉਹ ਸਾਡਾ ਸ਼ਹੀਦੀ ਘੱਲੂਘਾਰਾ ਹੈ, 1 ਜੂਨ ਤੋਂ ਲੈ ਕੇ 6 ਜੂਨ ਤੱਕ। ਫਿਰ ਉਹਨਾਂ ਦਿਨਾਂ ਵਿੱਚ ਮਹਾਂਪੁਰਖਾਂ ਦਾ ਜਿਹੜਾ ਜਨਮ ਨੂੰ ਸਮਰਪਿਤ ਇੱਥੇ ਜੋ 2 ਜੂਨ ਨੂੰ ਸਮਾਗਮ ਆਪਾਂ ਕਰ ਲੈਂਦੇ ਹਾਂ, ਪਿਛਲੇ ਸਾਲ ਐਲਾਨ ਕਰ ਦਿੱਤਾ ਸੀ ਕਿ 2 ਜੂਨ ਨੂੰ ਉਹਨਾਂ ਦਾ ਇੱਥੇ ਗੁਰਦੁਆਰਾ ਸਾਹਿਬ, ਨਾਲੇ ਉਹਨਾਂ ਦਾ ਹੀ ਜਨਮ ਅਸਥਾਨ ਹੈ, ਇੱਥੇ ਉਹਨਾਂ ਦੀ ਯਾਦ ਤਾਜ਼ੀ ਕਰ ਲਿਆ ਜਾਏ ਕਰੇ। ਜਿਹੜੇ 12 ਫਰਵਰੀ ਨੂੰ ਮਨਾਉਂਦੇ ਆ ਸਤਿਪੁਰਸ਼ਾਂ ਦੀ ਯਾਦ ਹੀ ਮਨਾ ਰਹੇ ਆ, ਤੋ ਸਾਡਾ ਤਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ। ਜਿੰਨੀ ਮਰਜ਼ੀ ਕੋਈ ਸਾਰੇ ਸੰਸਾਰ ਵਿੱਚ ਜਿੰਨਾ ਵੀ ਕਿਸੇ ਦੇ ਮਨ ਵਿੱਚ ਪ੍ਰੇਮ ਹੈ, ਸ਼ਰਧਾ, ਉਤਸ਼ਾਹ, ਭਾਵੇਂ ਸਾਰਾ ਸਾਲ ਹੀ ਉਹਨਾਂ ਦੀ ਯਾਦ ਮਨਾਓ, ਮਨਾਉਣੀ ਵੀ ਚਾਹੀਦੀ ਹੈ। ਸਾਡਾ ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ, ਨਾ ਹੀ ਅਸੀਂ ਰੱਖਣਾ ਚਾਹੁੰਦੇ ਹਾਂ। ਮਹਾਂਪੁਰਖ ਦਮਦਮੀ ਟਕਸਾਲ ਦੇ ਮੁਖੀ ਸਨ, ਪਰ ਸਾਰੀ ਕੌਮ ਦੇ ਸਿਰ ਦੇ ਤਾਜ ਹੈ ਉਹ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਫਿਰ ਇਹ ਵਿਚਾਰ ਕੀਤੀ ਕਿ ਆਪਾਂ 22 ਫਰਵਰੀ ਨੂੰ ਸਮਰਪਿਤ ਸਮਾਗਮ ਰੱਖ ਲਿਆ ਕਰੀਏ, ਜੇ ਕੋਈ ਸਾਡੇ ਭਰਾਵਾਂ ਦੇ ਮਨ ਵਿੱਚ ਕੋਈ ਦਜੈਗੀ ਪੈਦਾ ਹੁੰਦੀ ਆਪਾਂ ਉਹ ਵੀ ਰਹਿਣ ਨਹੀਂ ਦੇਣੀ। ਇਸ ਕਰਕੇ ਫਿਰ ਇਹ ਫੈਸਲਾ ਕਰ ਲਿਆ ਸੀ ਕਿ 22 ਫਰਵਰੀ ਨੂੰ ਪਿਛਲੇ ਸਾਲ ਇਸ ਸਥਾਨ ਦਾ ਉਦਘਾਟਨ ਤੇ ਆਰੰਭਤਾ ਵੀ ਕਰ ਦਿੱਤੀ ਗਈ ਔਰ ਆਪਾਂ 22 ਫਰਵਰੀ ਨੂੰ ਸਮਰਪਿਤ ਸਮਾਗਮ ਰੱਖ ਲਏ ਔਰ 17 ਫਰਵਰੀ ਨੂੰ ਨਗਰ ਕੀਰਤਨ ਉਹਨਾਂ ਦੀ ਯਾਦ ਵਿੱਚ ਜਲੂਸ ਇਸ ਨਗਰ ਵਿੱਚ ਹੋਇਆ ਔਰ 18 ਤੋਂ ਇਹ ਸਮਾਗਮ ਪ੍ਰਾਰੰਭ ਹੋਏ ਔਰ ਅੱਜ ਸੰਪੂਰਨਤਾ ਦਾ ਦਿਹਾੜਾ ਹੈ।